ਮਿੱਤਰੋ ਅੱਜ ਆਪਾਂ ਪਹੁੰਚਿਆ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਪੈਸਟੀਸਾਈਡ ਹੈ ਠੀਕ ਆ ਕੀੜੇ ਮਾਰ ਦਵਾਈਆਂ ਅਤੇ ਬੀਜ ਬਾਜ਼ਾਰ ਨਾਲ ਸਸਤੇ ਰੇਟਾਂ 'ਤੇ ਮਿਲਦੇ ਹਨ। ਚਲੋ ਆਪਾਂ ਬਾਈ ਨਾਲ ਜਾ ਕੇ ਗੱਲ ਕਰਦੇ ਹਾਂ ਠੀਕ ਆ ਮਿੱਤਰੋ। ਅੱਜ ਹੁਣ ਆਪਾਂ ਬਾਈ ਨੂੰ ਪੁੱਛਦੇ ਹਾਂ ਵੀ ਕਿਹੜੀਆਂ ਦਵਾਈਆਂ ਹੈ ਨਾ ਹੁਣ ਉਹ ਕਿਹੜੀਆਂ ਦਵਾਈਆਂ ਚੱਲਦੀਆਂ ਨੇ ਬਾਈ ਹੁਣ ਹੁਣ ਚੱਲਦੀਆਂ ਨੇ ਸਰ ਗੁੱਲੀ ਡੰਡੇ ਵਾਸਤੇ ਜੀ। ਕਿਹੜੀ ਮਿਲ ਜਾਂਦੀ ਆਪਾਂ ਨੂੰ ਗੁੱਲੀ ਡੰਡੇ ਵਾਸਤੇ? ਜਿਵੇਂ ਐਕਸਲਾਈਜ਼ ਸੈਂਟਾ ਦੀ ਜੀ, ਠੀਕ ਹੈ ਜੀ। ਇੱਧਰ ਹੈਗੀ IAL ਦੀ ਹੈਗੀ, ਠੀਕ ਹੈ ਜੀ, ਠੀਕ ਹੈ। ਇੱਧਰ ਟਲਾਂਟਸ ਆ ਗਈ ਜੀ ਆਪਣੇ ਲਵੇ, ਠੀਕ ਹੈ ਜੀ। ਆਪਣੇ ਲਵੇ ਕੁੱਲ ਦਵਾਈਆਂ ਨੇ ਵੀਰੇ, ਜਿਹੜੀ ਮਰਜ਼ੀ ਲੈ ਲਓ ਗੁੱਲੀ ਡੰਡੇ ਵਾਸਤੇ। ਆਹ ਤੁਸੀਂ ਦੇਖ ਸਕਦੇ ਹੋ ਨਾ ਸਾਹਮਣੇ ਦਵਾਈਆਂ, ਕਿੰਨਾ ਕੁ ਸਟਾਕ ਪਿਆ ਬਾਈ ਆਪਣੇ ਲਵੇ। ਆਪਣੇ ਲਵੇ ਸਟਾਕ ਬਾਬੇ ਅਤਰ ਸਿੰਘ ਦੀ ਕਿਰਪਾ ਨਾਲ ਖੁੱਲਾ। ਆਹ ਦੇਖੋ ਜੀ ਡੱਬੇ ਪਏ ਨੇ ਨਾ ਉਰੇ। ਆਪਣੇ ਲਵੇ ਘਾਟਾ ਘੂਟਾ ਵਾਸਤੇ, ਗਰੋਥ ਵਾਸਤੇ ਸਾਰੀ ਦਵਾਈਆਂ ਪਈਆਂ ਨੇ ਜੀ। ਦਿਖਾ ਦੇ ਇੱਕ ਵਾਰ। ਉੱਤਮ ਦੀ 6 ਜੀ ਹੈ ਜੀ, ਠੀਕ ਹੈ। ਦੂਜੇ ਨੰਬਰ ਤੇ ਕਟਾਨਾ ਹੈਗੀ ਆਪਣੇ ਲਵੇ ਜੀ। ਤੀਜੇ ਨੰਬਰ ਤੇ IPL ਦੀ 5 ਜੀ ਹੈਗੀ ਆਪਣੇ ਲਵੇ ਜੀ, ਠੀਕ ਹੈ ਜੀ। ਉਸ ਤੋਂ ਇਲਾਵਾ ਆਪਣੇ ਲਵੇ ਵਰਾਈਟੀਆਂ ਸਾਰੀ ਪਈਆਂ ਨੇ ਜੀ। ਐਸ ਬੂਸਟ ਤੇ ਆਪਣੇ ਲਵੇ ਜੀ, ਸਭ ਤੋਂ ਚੋਟੀ ਦਾ ਬ੍ਰਾਂਡ ਆ ਜੀ ਇਹ। ਆਹ ਤੁਸੀਂ ਮਾਗਰ ਵੀ ਦੇਖ ਸਕਦੇ ਹੋ ਨਾ ਕਿੰਨਾ ਸਟਾਕ ਪਿਆ। ਸਟਾਕ ਆਪਣੇ ਲਈ ਬਹੁਤ ਪਿਆ ਬਾਬੇ ਦੀ ਕਿਰਪਾ ਨਾਲ ਜੀ। ਦੇਖ ਲਓ ਜੀ, ਆਹ ਤੁਹਾਨੂੰ ਲੱਗਿਆ ਹੋਈ ਜੀ। ਹੋਰ ਦੁਕਾਨਾਂ ਤੇ ਜਾਈਏ ਤਾਂ ਬਹੁਤ ਮਹਿੰਗੀਆਂ ਚੀਜ਼ਾਂ ਮਿਲਦੀਆਂ ਨੇ, ਦੱਸੋ। ਆਪਾਂ ਤਾਂ ਸੇਵੀ ਕਰਦੇ ਆ ਰਹੇ ਆ ਜੀ, ਘੱਟੋ ਘੱਟ ਆਪਾਂ ਨੂੰ 14-15-16 ਸਾਲ ਹੋ ਗਏ ਸੇਵਾ ਕਰਦੇ ਨੂੰ ਜੀ। ਪਹਿਲਾਂ ਵੀ ਸੇਵਾ ਕਰਦੇ, ਅੱਜ ਵੀ ਸੇਵੀ ਕਰਦੇ, ਨਹੀਂ ਠੀਕ ਹੈ ਜੀ। ਆਪਣਾ ਕੰਮ ਚੱਲਦਾ ਸਿਰਫ 5,000 ਰੁਪਏ ਲੀਟਰ ਤੇ ਕੰਮ ਚੱਲਦਾ ਪੀਸ ਇਹਦੇ, ਮਗਰ ਸਿਰਫ 2 ਰੁਪਏ ਰੱਖ ਰਹੇ ਜੀ ਆਪਾਂ, 2 ਰੁਪਏ ਪੀਸ 'ਚ, ਠੀਕ ਹੈ। ਕੋਈ ਵੀ ਦੁਕਾਨਦਾਰ 2 ਰੁਪਏ ਪੀਸ ਦੇ ਕੰਮ ਨਹੀਂ ਕਰਦਾ। MRP ਤੋਂ 50% ਘੱਟ ਦੇ ਰਹੇ ਨੇ, ਠੀਕ ਹੈ। ਮੰਡੇ ਰੋਡ ਲੀਡਰ ਦੂਜਾ ਨੰਬਰ ਹੈਗਾ 84-374-97-504 ਜੀ। ਬਾਕੀ ਆਪਣਾ ਵਿਜ਼ਿਟਿੰਗ ਕਾਰਡ ਚੱਕੋ ਸਰ, ਕਿਹਦੀ ਆ ਤਾਂ ਵੀ ਇਹ ਆਪਾਂ ਲਾ ਦੇਗੇ 290 ਰੁਪਏ ਲੀਟਰ ਜੀ। ਚੱਕੋ ਜੀ 290। ਉਹ ਆਮ ਕਿੰਨਾ ਕੁ ਮਿਲਦਾ ਤੁਹਾਨੂੰ ਪਤਾ? ਉਹ ਆਮ ਦੁਕਾਨਾਂ ਦੇ 550-600 ਰੁਪਏ ਤੱਕ ਲੀਟਰ ਲਾ ਰਹੇ ਨੇ ਜੀ। ਤੁਸੀਂ ਇੰਨਾ ਸਸਤਾ ਕਿਉਂ ਤਾਂ ਵੀ? ਆਪਣਾ ਕਾਰਨ ਇਹੀ ਹੈ ਵੀ ਆਪਾਂ ਕੰਮ ਹੀ 5-4 ਰੁਪਏ ਲੀਟਰ ਦੇ ਕਰਦੇ ਹਾਂ ਜੀ, ਠੀਕ ਹੈ ਜੀ। ਪਹਿਲਾਂ ਵੀ ਦੱਸਿਆ ਸੀ ਤੁਸੀਂ? ਹਾਂ ਜੀ ਹਾਂ, ਆਪਣਾ ਸਿਸਟਮ ਇਹ ਹੈ ਜੀ। ਬਾਕੀ ਆਪਣੇ ਲਵੋ ਜਿੰਨੇ ਜਿਹੜੀ ਮਰਜ਼ੀ ਕੰਪਨੀ ਦਾ ਪ੍ਰੋਡਕਟ ਲਓ ਜੀ, ਉਹੀ ਲਓ ਟੌਪ, ਜਿਹੜੀ ਮਰਜ਼ੀ ਕੰਪਨੀ ਲਓ, ਸੈਂਟਾ ਦੀ ਲਓ, ਬੈਰ ਦੀ ਲਓ, ਠੀਕ ਹੈ, ਸ਼੍ਰੀ ਰਾਮ ਦੀ ਲਓ, ਉੱਤਮ ਦੀ ਲਓ। ਜਿਵੇਂ ਟੌਪ ਕਾਣੇ ਆਪਣੇ ਲਵੇ 140-220 ਰੁਪਏ ਤੱਕ ਟੌਪ ਕਾਣੇ ਜੀ ਆਪਣੇ, ਠੀਕ ਹੈ ਜੀ, ਠੀਕ ਹੈ ਜੀ। ਬਾਕੀ ਲੀਟਰ ਜਿਹੜੀ ਮਰਜ਼ੀ ਕੰਪਨੀ ਲਓ, ਬੈਰ ਦੀ, ਅਟਲਾਂਟਸ ਦੀ ਆਪਣੇ ਲਵੇ ਜੀ, ਠੀਕ ਹੈ ਜੀ। ਦੂਜੇ ਨੰਬਰ ਤੇ ਇੰਡੋ ਗਲਫ ਦੀ ਵੀ ਆਪਣੇ ਲਵੇ ਜੀ, ਐਕਸਲ ਜੀ। ਬਾਕੀ ਜਾਰਾ ਦਾ ਮੇਨ ਪ੍ਰੋਡਕਟ ਪੇਪਰ ਲਈ ਵੀ 1,700 ਰੁਪਿਆ ਜੀ। ਹਾਂਜੀ ਹਾਂਜੀ। ਬਾਕੀ ਆਪਣੇ ਲਵੋ ਜਿੰਨੇ ਪ੍ਰੋਡਕਟ ਆਪਣੇ ਲਵੋ ਮਿਲ ਜਾਣਗੇ, ਇੰਨੇ ਪ੍ਰੋਡਕਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਗੇ ਜੀ, ਠੀਕ ਹੈ। ਬਾਕੀ ਜਿਹੜਾ ਸਿਸਟਮ ਆਪਣਾ ਜੀ, ਆਪਣਾ ਰੇਟ ਦਾ ਹਰੇਕ ਦੁਕਾਨਦਾਰ ਨੂੰ ਚੈਲੇਂਜ ਆ ਵੀ ਆਪਣੇ ਰੇਟ ਆਲ ਵਰਲਡ 'ਚ ਨਾ ਕੋਈ ਦੇ ਸਕਦਾ ਨਾ ਕੋਈ ਦੇਵੇ, ਠੀਕ ਹੈ। ਕੁਝ ਦੁਕਾਨਦਾਰ ਨੇ ਲੌਗੋ ਵਾਲੇ ਬਹੁਤ ਫੁੱਦੂ ਬਣਾਉਂਦੇ ਨੇ ਜੀ ਵੀ ਅਸੀਂ। ਆਹ ਹੋਰ ਦਵਾਈ ਦਿਖਾ ਰਿਹਾ, ਬਾਕੀਆਂ ਨੈਨੋ ਜੁਰੀਆ ਪਿਆ ਆਪਣੇ ਲਵੇ ਜੀ। ਕੀ ਕੰਮ ਆ ਜੀ ਆਪਣਾ ਇਹਦਾ? ਇਹ ਆਪਣਾ ਜਿਹੜਾ ਨੈਨੋ ਜੁਰੀਆ, ਜੁਰੀਏ ਦਾ ਕੰਮ ਕਰਦਾ ਜੀ, ਠੀਕ ਹੈ ਜੀ। ਇਹ ਇੱਕ ਗੱਟੇ ਦਾ ਕੰਮ ਕਰਦਾ ਜੁਰੀਏ ਦਾ, ਕਣਕ ਦੇ ਕਰ ਲਓ, ਸਬਜ਼ੀਆਂ ਭਾਜੀਆਂ ਦੇ ਕਰ ਲਓ ਆਲੂਆਂ ਦੇ ਕਰ ਲਓ, ਠੀਕ ਆ। ਬਹੁਤ ਲੈਸ ਤੇ ਚੱਲਦਾ ਆਪਣੇ ਲਵੇ ਜੀ, ਇੱਕੋ ਦਾ ਜੀ ਇਹ ਜਮਾਂ ਸਸਤੇ ਰੇਟਾਂ ਦੇ ਮਿਲਦੇ ਆਪਾਂ ਜੀ, ਠੀਕ ਹੈ। MRP ਤੋਂ ਕਿੰਨਾ ਘੱਟ ਦਿੰਦੇ ਜੀ? MRP ਤੋਂ ਮੰਨ ਕੇ ਚੱਲੋ ਘੱਟੋ ਘੱਟ 50% ਲੈਸ ਕਰਕੇ ਜੀ ਆਪਾਂ, ਠੀਕ ਹੈ ਜੀ। ਤਾਂ ਦਵਾਈ ਲੋਕਲੀ ਲੈਣ ਆਉਂਦੇ ਨੇ ਕਿ ਦੂਰ ਦੂਰ ਤੋਂ ਵੀ ਲੈਣ ਆਉਂਦੇ ਨੇ? ਆਪਣੇ ਲਵੇ ਭਾਈ ਮੰਨ ਕੇ ਚੱਲ ਘੱਟੋ ਘੱਟ 200-200 ਕਿਲੋਮੀਟਰ ਤੱਕ ਦੇ ਲੋਕ ਆ ਰਹੇ ਨੇ ਆਪਣੇ ਲਵੇ ਜੀ। ਜੇ ਤੁਸੀਂ ਨੇ ਦਵਾਈ ਫੜਾਉਣੀ ਹੋਵੇ ਤਾਂ ਕਿੱਥੇ ਕੁ ਤੱਕ ਤੁਸੀਂ ਫੜਾ ਸਕਦੇ ਹੋ ਦਵਾਈ? ਆਪਣਾ ਜਿਹੜਾ ਸਿਸਟਮ ਰੱਖਿਆ 30-35-40 ਕਿਲੋਮੀਟਰ ਦਾ ਦਾਇਰੇ ਤੱਕ ਅਸੀਂ ਦਵਾਈ ਪੁੱਜਦੀ ਕਰਦੇ ਜੀ, ਠੀਕ ਹੈ ਜੀ। ਬਰਨਾਲਾ ਹੋ ਗਿਆ, ਠੀਕਰੀਆਲ ਹੋ ਗਿਆ ਜੀ, ਧਨੌਲਾ ਹੋ ਗਿਆ, ਹਮੀਦੀ ਹੋ ਗਿਆ, ਵਜੀਦਕੇ ਹੋ ਗਿਆ, ਇੱਧਰੋਂ ਆਪਣਾ ਭਵਾਨੀਗੜ੍ਹ, ਨਾਭਾ, ਪਟਿਆਲਾ, ਪਟਿਆਲੇ ਤੱਕ ਵੀ ਚਲੋ ਆਪਾਂ ਦਵਾਈ ਪੁੱਜਦੀ ਕਰਦੇ ਨੇ, ਬਸ ਤੇ ਮੁੰਡੇ ਨੂੰ ਭੇਜ ਦਿੰਦੇ ਹਾਂ। ਠੀਕ ਹੈ। ਜਿਵੇਂ ਮੈਨੂੰ ਕੱਲ੍ਹ ਪਰਸੋਂ ਦੇ ਫੋਨ ਆ ਰਹੇ ਨੇ ਮੁਹਾਲੀ ਤੋਂ, ਫੋਨ ਆ ਰਹੇ ਨੇ ਹੁਣ ਮੁਹਾਲੀ ਮੁੰਡੇ ਨੂੰ ਡਿਊਟੀ ਲਏ ਵੀ ਭਾਈ ਦਵਾਈ ਮੁਹਾਲੀ ਵੀ ਫੜਾ ਕੇ ਹੋ ਜ਼ਿਮੀਦਾਰ ਨੂੰ, ਕੋਈ ਗੱਲ ਨਹੀਂ। ਚਾਹੇ ਜੇ ਕੋਈ ਜ਼ਿਮੀਦਾਰ ਘੱਟ ਖੇਤੀ ਕਰਦਾ ਜਾਂ ਜੇ ਵੱਧ ਖੇਤੀ ਕਰਦਾ, ਚਲੋ ਆਪਣਾ ਫਰਜ਼ ਬਣਦਾ ਵੀ ਹਰੇਕ ਜ਼ਿਮੀਦਾਰ ਦੇ ਘਰ ਤੱਕ ਦਵਾਈ ਪਹੁੰਚਾਈ ਜਾਵੇ, ਠੀਕ ਹੈ ਜੀ। ਆਹ ਫੋਨ ਦਾ ਤਾਂ ਹੁਣ ਵੀ ਦੇਖਿਆ ਸੀ, ਬਹੁਤ ਸੋਹਣੇ ਫੋਨ ਆ ਰਹੇ ਸੀਗੇ। ਹਾਂ, ਫੋਨ ਆਪਣੇ ਸਾਰਾ ਦਿਨ ਚੱਲੀ ਜਾਂਦੇ ਨੇ, ਫੋਨ ਦੇ ਗੱਲ ਬਹੁਤ ਘੱਟ ਹੋ ਪਾਉਂਦੀ ਹੈ ਜ਼ਿਮੀਦਾਰ ਨਾਲ। ਜ਼ਿਮੀਦਾਰ ਨੂੰ ਇਹ ਰਿਕੁਐਸਟ ਹੈ ਵੀ ਦੁਕਾਨ ਤੇ ਆ ਕੇ ਸਾਡੇ ਨਾਲ ਗੱਲ ਕਰੋ, ਜਿਹੜੀ ਚੀਜ਼ ਦੀ ਲੋੜ ਆ ਤੁਹਾਨੂੰ ਚੀਜ਼ ਮਿਲੂਗੀ,
ਘੱਟ ਰੇਟਾਂ ਦੇ ਮਿਲੂਗੀ, ਵਧੀਆ ਕੁਆਲਿਟੀ ਦੀ ਮਿਲੂਗੀ, ਪੱਕੇ ਬਿੱਲ ਤੇ ਮਿਲੂਗੀ, ਤੇ ਬਾਕੀ ਆਪਣੇ ਲਵੋ ਜਿਹੜੇ ਪ੍ਰੋਡਕਟ ਦੀ ਲੋੜ ਆ ਕੁੱਲ ਪ੍ਰੋਡਕਟ ਮਿਲੂ ਆਪਣੇ ਲਵੋ। ਠੀਕ ਹੈ, ਇਹ ਆਪਣਾ ਇਹ ਸਿਸਟਮ ਨੀਗਾ ਆਪਣਾ, 10 ਰੁਪਏ ਚੀਜ਼ ਵੀ ਲੈਸ ਆਪਣਾ ਜੀ, ਚੂਹਿਆਂ ਦੀ ਦਵਾਈ 'ਚ ਵੀ ਲੈਸ ਦਿੰਦੇ ਨੇ ਜਿਮੀਦਾਰ। ਠੀਕ ਹੈ ਨਾ ਜੀ, ਬਾਕੀ ਆਪਣੇ ਲਵੋ ਕੁੱਲ ਪ੍ਰੋਡਕਟ ਸਾਰਾ ਮਿਲਦਾ। ਹਾਂ ਤਾਂ ਦੇਖ ਸਕਦੇ ਤੁਸੀਂ ਜਿੰਨੀਆਂ ਦਵਾਈ ਆਪਣੇ ਲਵੇ ਨੇ, ਚਲੋ ਦਵਾਈਆਂ ਤਾਂ ਹਰੇਕ ਬੰਦੇ ਨੇ ਵੇਚਣੇ, ਆਪਾਂ ਕੁੱਲ ਜਿਮੀਦਾਰ ਨੂੰ ਗਰੰਟੀ ਦੇ ਰਹੇ ਹਾਂ ਜੀ। ਠੀਕ ਹੈ ਜੀ, ਇਹ ਨਹੀਂ ਹੈਗਾ ਵੀ ਆਹ ਦਵਾਈ ਲੈ ਕੇ ਜਾ ਉਹ ਦਵਾਈ ਲੈ ਕੇ ਜਾ, ਸਾਡਾ ਇਹ ਸਿਸਟਮ ਨਹੀਂ ਹੈਗਾ ਵੀ ਸਾਨੂੰ ਜਿਵੇਂ ਜਿਮੀਦਾਰ ਕਹਿੰਦੇ ਨੇ ਵੀ ਤੁਸੀਂ ਇਹਦੇ ਜੋੜ ਲੈ ਜਾਓ ਤੁਹਾਨੂੰ 2 ਰੁਪਏ ਵੱਧ ਬਣਦੇ, ਨਹੀਂ ਸਾਡਾ ਸਿਸਟਮ ਹੈ ਵੀ ਜਿਮੀਦਾਰ ਨੂੰ ਇਹ ਕਹਿੰਦੇ ਵੀ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਉਹੀ ਚੀਜ਼ ਚੱਕ। ਕੁਝ ਦੁਕਾਨਦਾਰ ਨੇ ਹੁਣ ਜਿਮੀਦਾਰ ਦੇ ਪ੍ਰੈਸ਼ਰ ਪਾ ਦਿੰਦੇ ਨੇ ਬਾਈ ਤੁਸੀਂ ਆਹੀ ਚੀਜ਼ ਲੈ ਕੇ ਜਾਓ, ਸਾਡੀ ਗਰੰਟੀ ਆ ਵਾਰੰਟੀ ਆ, ਪਰ ਅਸੀਂ ਉਹ ਕੰਮ ਨਹੀਂ ਕਰਦੇ। ਜਿਮੀਦਾਰ ਨੂੰ ਇਹ ਕਹਿੰਦੇ ਆ ਵੀ ਜਿਹੜੀ ਚੀਜ਼ ਤੈਂ ਵਰਤੀ ਹੈ ਚੀਜ਼ ਉਹ ਲੈ ਕੇ ਜਾ, ਜਿਹੜੀ ਤੈਨੂੰ ਪਸੰਦ ਆ ਠੀਕ ਆ ਉਹੀ ਚੀਜ਼ ਕੁਆਲਿਟੀ ਦੀ ਲੈ ਕੇ ਜਾ। ਠੀਕ ਹੈ ਜੀ, ਆਪਣੇ ਲਵੇ ਘਰੜਾ ਦਾ ਚਮਤਕਾਰ ਪਿਆ ਜੀ, ਲਿਊਸਨ ਬਾਸਮਤੀ ਪਈ ਆ, ਆਲੂਆਂ ਦੇ ਕਰੋ ਕਣਕ ਦੇ ਕਰੋ। ਠੀਕ ਹੈ ਜੀ, ਤੇ ਆਪਣੀ ਆ ਦੁਕਾਨ ਕਿੰਨੇ ਕੁ ਚਿਰ ਦੀ ਆਪਾਂ ਨੇ ਉਹ ਕੀਤੀ ਵੀ ਇਹੀ ਕੰਮ ਕਰਨਾ ਹੈ ਨਾ, ਹੋਰ ਵੀ ਕੰਮ ਕਰ ਸਕਦੇ ਆ? ਆਪਣਾ ਜਿਹੜਾ ਕੰਮ ਆ ਜੀ ਮੇਨ ਪੇਸ਼ੀਐਂਟ ਦੀ ਕੰਮ ਆ ਜੀ ਆਪਣਾ ਜੀ। ਠੀਕ ਹੈ ਜੀ, ਹਾਂਜੀ ਹਾਂਜੀ ਇਹੀ ਕਰਦੇ ਆ ਰਹੇ, ਇਹੀ ਕਰਨ ਲੱਗੇ ਜੀ। ਠੀਕ ਹੈ ਜੀ, ਹਾਂਜੀ ਹਾਂਜੀ ਕਾਰਡ ਦੇਖ ਸਕਦੇ ਹੋ ਬਾਈ ਦਾ, ਇਹ ਕਾਰਡ ਤੇ ਦੇਖੋ ਜੀ, ਨੰਬਰ ਦੇਖ ਲਓ 9876470400, 1 22 ਦੂਜਾ ਬਿੰਦਰ ਸਿੰਘ 84374-96504। ਠੀਕ ਹੈ ਜੀ, ਆਪਾਂ ਤਾਂ ਇਹੀ ਕਹਿੰਦੇ ਜਿਮੀਦਾਰ ਨੂੰ ਨਗਦ ਖਰੀਦੋ ਸਸਤਾ ਖਰੀਦੋ। ਠੀਕ ਹੈ ਜੀ, ਹਾਂਜੀ ਹਾਂਜੀ ਤੇ ਆਧਾਰ ਦਾ ਵੀ ਲਾ ਰੱਖਿਆ, ਆਧਾਰ ਲਈ ਸਭ ਬਣਦਾ ਹੈ, ਬਣਦਾ ਜੀ ਆਧਾਰ? ਆਧਾਰ ਬਿਲਕੁਲ ਬਣਦਾ ਜੀ, ਆਪਣਾ ਕੈਸ਼ ਦੇ ਕੰਮ ਜਾਂਦਾ ਜੀ। ਠੀਕ ਹੈ ਜੀ, ਹਾਂਜੀ 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 ਆਪਣੇ ਕੋਲ ਆਪਾਂ ਕਣਕ ਤੇ ਜੀਰੀ ਦੀਆਂ ਤਾਂ ਹੋ ਗਈਆਂ, ਚੱਲ ਆਪਣੇ ਕੋਲ ਸਬਜ਼ੀ ਦਵਾਈਆਂ ਵੀ ਮਿਲਦੀਆਂ ਨੇ ਆਪਣੇ ਕੋਲ, ਸਬਜ਼ੀ ਦਵਾਈਆਂ ਮਿਲਦੀਆਂ ਨੇ ਭਾਈ ਦਿਖਾ ਦੇ ਸਬਜ਼ੀ ਵੀਰੇ, ਜਿਵੇਂ ਆਲੂਆਂ ਵਾਸਤੇ ਰੁੱਡੋ ਮਿਲ ਵੀ ਆਪਣੇ ਕੋਲ, ਸੇਂਟਾ ਦੇ ਠੀਕ ਹੈ, ਆਹ ਨਾਗਰਜਨਾ ਦੇ ਫੌਂਟ ਵੀ ਆ, ਇਹ ਫੰਗੀ ਸਾਈਡ ਬਹੁਤ ਤਕੜਾ ਸਾਲਟ ਆ, ਸ਼ਕਤੀਮਾਨ ਦੇ ਵੀ ਆ ਪਹਿਲਾਂ ਵੀ ਰੈਡੋ ਮਿਕਸ ਜੀ। ਇੱਧਰ ਤੁਸੀਂ ਕੈਸ਼ ਕਾਊਂਟਰ ਵੀ ਦੇਖ ਸਕਦੇ ਹੋ, ਤੇ ਬਾਕੀ ਆਪਣੇ ਕੋਲ ਕੁੱਲ ਬ੍ਰਾਂਡ ਹੀ ਮਿਲਦਾ ਜੀ। ਹਾਂਜੀ ਹਾਂਜੀ ਤਾਂ ਲੌਂਗੋਵਾਲ ਦੀ ਆ, ਤੁਹਾਡਾ ਪਿੰਡ ਕਿਹੜਾ ਜੀ? ਆਪਣਾ ਪਿੰਡ ਲੌਂਗੋਵਾਲ ਜੀ, ਲੋਕਲ ਹੀ ਆ? ਹਾਂਜੀ ਲੋਕਲ ਹੀ ਰਹਿੰਦੇ ਜੀ, ਨਾਲ ਹੀ ਆਪਣੇ ਇੱਥੇ ਨਜ਼ਦੀਕ ਆਪਣਾ ਘਰ ਹੈ ਜੀ। ਠੀਕ ਹੈ, ਠੀਕ ਆ, 100 ਗਜ਼ ਦੀ ਦੂਰੀ ਤੇ ਆਪਣਾ ਘਰ ਆ ਜੀ। ਠੀਕ, ਆਪਾਂ ਇਹੀ ਸੋਚ ਕੇ ਚੱਲੇ ਸੀ ਵੀ ਆਪਾਂ ਘਰ ਦੇ ਨਜ਼ਦੀਕ ਹੀ ਕੰਮ ਕਰਨਾ ਪੈਸੀ। ਠੀਕ, ਹਾਂਜੀ ਚਾਹ ਪਾਣੀ ਦਾ ਸਕਾਲਾ ਕੰਮ, ਜੋ ਚਾਹ ਪੀਣੀ ਆ ਚਾਹ ਚੱਕ ਲਿਆਉਣੇ ਜੀ, ਰੋਟੀ ਖਾਣੀ ਆ ਰੋਟੀ ਖਾਣਾ ਜੀ। ਤੇ ਬਾਈ ਨੂੰ ਬਹੁਤ ਸਾਰੇ ਗਿਫਟ ਮਿਲੇ ਨੇ ਨਾ ਕੰਪਨੀਆਂ ਵੱਲੋਂ, ਤੇ ਆਹ ਫਰਿੱਜ ਵੀ ਦਿੱਤਾ ਬਲੂ ਸਟਾਰ ਦਾ। ਠੀਕ ਹੈ, ਤੇ ਦੇਖ ਸਕਦੇ ਹਾਂ ਤੁਹਾਨੂੰ ਸਾਰੀਆਂ ਦਵਾਈਆਂ ਦਿਖਾ ਰਹੇ ਆ। ਬਾਕੀ ਆਪਣੇ ਲਈ ਮੇਨ ਪ੍ਰੋਡਕਟ ਹੋਸੀ ਵੀ ਆ ਸੁਮੀਟੋਮੋ ਦੀ ਜੀ, ਇਹ ਤਾਂ ਨਜਾਇਜ਼ ਲੁੱਟ ਕਰ ਰਹੇ ਆ ਦੁਕਾਨਦਾਰ ਜੀ। ਠੀਕ ਹੈ ਜੀ, ਆਪਾਂ ਬਹੁਤ ਸਸਤੇ ਰੇਟਾਂ ਦੇ ਰਹੇ ਜੀ ਇਹ ਹੋਸੀ ਸੁਮੀਟੋਮੋ ਦੀ।